ਪੰਚਾਇਤੀ ਚੋਣਾਂ ਦੌਰਾਨ ਪੰਜਾਬ 'ਚ ਵੱਡੀ ਵਾਰਦਾਤ। ਬਰਨਾਲਾ ਤੋਂ ਮਾਮਲਾ ਆਇਆ ਸਾਹਮਣੇ, ਜਿੱਥੇ ਦੋ ਧਿਰਾਂ ਵਿਚਕਾਰ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ। ਇਸ ਹਮਲੇ ਵਿੱਚ ਕਈ ਲੋਕ ਜ਼ਖਮੀ ਹੋਏ। ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਦੋਵਾਂ ਧਿਰਾਂ ਦੇ ਬਦਮਾਸ਼ ਕਿਸੇ ਕੇਸ ਦੀ ਸੁਣਵਾਈ ਲਈ ਕੋਰਟ ਵਿੱਚ ਪੇਸ਼ੀ ਤੇ ਆਏ ਸਨ ਤੇ ਬਰਨਾਲਾ ਹੰਡਿਆਇਆ ਬਾਈਪਾਸ ਤੇ ਦੋਨਾਂ ਧਿਰਾਂ ਵਿਚਕਾਰ ਚਪਟ ਹੋਈ, ਤਾਬੜਤੋੜ ਗੋਲੀਆਂ ਚੱਲੀਆਂ। ਇਸ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ। ਇਹ ਚਪਟ ਲਗਭਗ 1 ਘੰਟਾ ਚੱਲਦੀ ਰਹੀ। ਗੁੰਡਾਗਰਦੀ ਦਾ ਨੰਗਾ ਨਾਚ 1 ਘੰਟੇ ਤੱਕ ਚੱਲਦਾ ਰਿਹਾ, ਜਿਸ ਵਿੱਚ 2 ਲੋਕ ਜ਼ਖਮੀ ਹੋਏ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਵੱਲੋਂ ਲੋਕਾਂ ਨਾਲ ਪੁੱਛਗਿੱਛ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਤੇ ਉੱਥੇ ਇਹ ਖੜੇ ਸੀਗੇ, ਅਸੀਂ ਮੈਂ ਮੋਟਰਸਾਈਕਲ ਉੱਥੋਂ ਮੋੜ ਲਿਆ, ਬਾਈ ਨੂੰ ਵੀ ਪਤਾ ਹੀ ਆ, ਮੈਂ ਯਾਰ ਇਹ ਕਿਵੇਂ ਗੰਡਾਸੇ ਚੱਕੀ ਖੜੇ ਆ। ਤੇ ਜਦੋਂ ਇਹ ਆਪਸ ਮੈਂ ਜਦੋਂ ਬਸ ਚੱਲ ਪਏ, ਫਿਰ ਉਹ ਉਹਨਾਂ ਮਗਰ ਪੈ ਗਏ ਅਤੇ ਉਹਨੇ ਦੂਜੇ ਨੇ ਗੰਡਾਸਾ ਮਾਰਿਆ, ਉਹ ਸਿਰ ਪਾੜਤਾ ਅਤੇ ਬਾਕੀ ਫਿਰ ਇੱਥੇ ਆ ਕੇ 6 ਗੋਲੀ ਦਾ ਪਿਸਤੌਲ ਸੀ ਦੋਨਾਂ ਕੋਲ। ਫਿਰ ਇੱਕ ਤਾਂ ਇੱਥੇ ਮੌਰ 'ਚ ਵੱਜਿਆ ਜੀ ਗੋਲੀ ਉਹਦੇ, ਅਤੇ ਫਿਰ ਇਹਨਾਂ ਨੇ ਉੱਥੇ ਜਾ ਕੇ ਬੰਦਾ ਵੱਡਾ ਸਿਰ ਵਾਲਿਆ ਸਾਰਾ, ਉਹਨਾਂ ਕੋਲ ਪਿਸਤੌਲ ਸੀਗੇ ਜੀ 2 ਤਾਂ, ਅਤੇ ਕਿਰਚਾਂ ਸੀ ਅਤੇ ਵੱਡੇ ਖਾਬਰੇ ਸੀ ਅਤੇ ਗਲਾਰਕਾਂ ਸੀਗੀਆਂ ਜਿਹੜੀਆਂ ਆਪਣਾ ਸਾਈਕਲ ਦੀਆਂ ਹੁੰਦੀਆਂ, ਨਾਲੀਆਂ ਜੜਾਈਆਂ ਹੋਈਆਂ। ਬੰਦੇ ਉਹ ਸੀਗੇ ਜੀ ਜਿਹੜੇ, ਉਹ 20 ਸੀਗੇ ਅਤੇ 15 ਸੀ। ਹਾਂ, ਅਤੇ ਮੈਂ ਉੱਥੋਂ ਪੁਲਿਸ ਨੂੰ, ਪੁਲਿਸ ਵਾਲਾ ਮੁਲਾਜ਼ਮ ਮੇਰੇ ਨਾਲ ਗਿਆ ਗਾ, ਅਤੇ ਉਹ ਚੌਲਾਂ 'ਚੋਂ ਬੰਦਾ ਲਏ ਆ ਕੁੱਟ ਕੇ। ਇੱਥੇ ਮਤਲਬ 1 ਘੰਟਾ ਚੱਲੀ ਗਈ। ਹਾਂ, ਉਹ ਜਿਹੜੇ ਗੋਲੀਆਂ ਚਲਾਉਂਦੇ ਸੀ ਉਹ ਲੈ ਕੇ ਨਾ 2 ਬੰਦਿਆਂ ਨੂੰ ਅਤੇ ਲੈ ਗਏ, ਕਹਿੰਦੇ ਗਾਹਾਂ ਬਣਾਉਂਦੇ ਆ ਮੋਰ ਜਾ ਕੇ ਤੈਨੂੰ। ਨਹੀਂ, ਮੌਤ ਹਜੇ ਤੱਕ ਤਾਂ ਨਹੀਂ ਹੋਏ, ਵੀ ਇੱਥੇ ਤਾਂ ਨਹੀਂ ਹੋਈ, ਹੋ ਜੂਗੀ। ਸਾਨੂੰ ਇਸ ਵੀ ਆਸ ਵਿੱਚ ਕੋਈ ਲੜਾਈ ਹੋਈ ਹੈ ਨਾ ਜੀ? ਖੜੇ ਸੀ ਪਹਿਲਾਂ, ਅੱਛਾ ਖੜੇ ਸੀ ਸਾਈਡ 'ਤੇ, ਬੰਦੇ ਹੈਗੇ ਸੀ 15-20 ਇੱਧਰ ਸੀ, 15-20 ਉੱਧਰ ਸੀ, ਉਹਨਾਂ ਕੋਲ ਗੱਡੀਆਂ ਸੀਗੀਆਂ, ਮੋਟਰਸਾਈਕਲ ਵੀ ਸੀ। ਬਠਿੰਡਾ ਹਾਈਵੇ ਦੇ ਉੱਤੇ ਇੱਥੇ ਸਾਡੇ ਫਲਾਈਓਵਰ ਦੇ ਸਾਰੇ ਹੰਢਾਇਆ ਕੈਂਚੀਆਂ ਦੇ ਉੱਤੇ 2 ਗੁੱਟਾਂ ਵਿੱਚ ਆਪਸੀ ਲੜਾਈ ਹੋਈ ਹੈ, ਜੋ ਹੁਣ ਤੱਕ ਪਤਾ ਲੱਗਿਆ ਕਿ ਸਾਰੇ ਇੱਕ ਸੇਮ ਕੇਸ ਦੇ ਸੀਗੇ ਬੰਦੇ, ਕ੍ਰਿਮੀਨਲ ਹੈਗੇ ਨੇ, ਪਹਿਲਾਂ ਵੀ ਇਹਨਾਂ 'ਤੇ ਪਰਚੇ ਨੇ ਲਗਭਗ ਬਰਨਾਲੇ ਦੇ ਨੇ ਸਾਰੇ। ਇਹ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਤਰੀਕ ਸੀ, ਉੱਥੋਂ ਇਹ ਸਾਰੇ ਇਕੱਠੇ ਵਾਪਸ ਆ ਰਹੇ ਸੀਗੇ, ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਆ, ਅਤੇ ਜਿਹਦੇ ਵਿੱਚ ਆਪਸ 'ਚ ਇਹਨਾਂ ਦੇ ਕਾਫੀ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ, ਅਤੇ ਇਹ ਦੋਸ਼ੀ ਨੇ ਇਹਨਾਂ ਦੇ ਵਿੱਚੋਂ 2 ਜਣਿਆਂ ਨੂੰ ਇਹਨਾਂ ਨੇ ਹੁਣ ਤੱਕ ਰਾਊਂਡ ਅੱਪ ਵੀ ਕਰ ਲਿਆ, ਅਤੇ ਬਾਕੀ ਦੋਸ਼ੀ ਵੀ ਇੱਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ, ਉਹਨਾਂ ਦੇ ਬਾਰੇ ਵੀ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੋ ਹੁਣ ਤੱਕ ਆਲੇ ਦੁਆਲੇ ਜੋ ਲੋਕ ਉੱਥੇ ਮੌਕੇ 'ਤੇ ਪਬਲਿਕ ਦੇ ਲੋਕ ਹਾਜ਼ਰ ਸਨ, ਉਹਨਾਂ ਤੋਂ ਹੁਣ ਤੱਕ ਇਹ ਗੱਲ ਹਲੇ ਤੱਕ ਜੋ ਉਹਨਾਂ ਦੇ ਅਕਾਊਂਟ ਦੇ ਹਿਸਾਬ ਨਾਲ ਆਈ ਹੈ ਕਿ ਕੋਈ ਗੋਲੀ ਚੱਲੀ ਹੈ, ਬਟ ਹਲੇ ਤੱਕ ਕਿਸੇ ਵਿਕਟਿਮ ਬਾਰੇ ਜਾਂ ਕੋਈ ਇੰਜਰੀ ਬਾਰੇ ਹਲੇ ਤੱਕ ਕਨਫਰਮ ਨਹੀਂ ਹੋਇਆ ਹੈਗਾ। ਉਹ ਅਸੀਂ ਜਿਹੜੇ ਦੋਸ਼ੀ ਰਾਊਂਡ ਅਪ ਕੀਤੇ ਨੇ ਉਹਨਾਂ ਦੀ ਕੁਐਸਚਨਿੰਗ ਕਰਾਂਗੇ ਅਤੇ ਸਾਰਾ ਮਾਮਲਾ ਕਲੀਅਰ ਹੋ ਜਾਏਗਾ। ਹਾਂ, ਆਪਾਂ ਨੂੰ ਜਿਹੜਾ ਵੀ ਇਹਨਾਂ ਦੀ ਮੂਵਮੈਂਟ ਨੂੰ ਅਸੀਂ ਸਾਡੀਆਂ ਸਾਰੀਆਂ ਟੀਮਾਂ ਟਰੈਕ ਕਰ ਰਹੀਆਂ ਨੇ, ਅਤੇ ਜਲਦੀ ਸਾਰੇ ਦੇ ਸਾਰਾ ਇਹਨੂੰ ਫੜ ਲਿਆ ਜਾਏਗਾ, ਅਤੇ ਸਾਰੀ ਜੋ ਘਟਨਾ ਹੋਈ ਹੈ ਇਹਦੇ ਪਿੱਛੇ ਕੀ ਕਾਰਨ ਸੀ, ਕੌਣ ਜ਼ਖਮੀ ਸੀ, ਕਿਹਨੂੰ ਕੀਤਾ ਹੈਗਾ, ਉਹ ਸਾਰਾ ਜਿਹੜਾ ਕਲੀਅਰ ਕਰ ਲਿਆ ਜਾਏਗਾ।